ਸਾਸਟ੍ਰੀ ਕਾਲ ਫਰੈਂਡਸ ਪੰਜਾਬੀ ਰਸੋਈ ਵਿੱਚ ਆਪਦਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਨਾਲ ਨਵਾਬੀ ਪਨੀਰ ਦੀ ਰੈਸਪੀ ਸ਼ੇਅਰ ਕਰਾਂਗੇ ਨਵਾਬੀ ਪਨੀਰ ਬਾਕੀ ਪਨੀਰ ਦੀ ਰੈਸਪੀ ਨਾਲੋਂ ਬਿਲਕੁਲ ਅਲੱਗ ਹੁੰਦਾ ਹੈ ਕਿਉਂਕਿ ਇਸ ਵਿੱਚ ਕੋਈ ਵੀ ਪਾਊਡਰ ਮਸਾਲੇ ਨਹੀਂ ਪੈਂਦੇ ਫਿਰ ਵੀ ਇਸ ਦਾ ਸਵਾਦ ਬਹੁਤ ਜ਼ਬਰਦਸਤ ਹੁੰਦਾ ਹੈ ਤੁਸੀਂ ਆਪਣੇ ਘਰ ਵਿੱਚ ਸਪੈਸ਼ਲ ਮੌਕੇ ਤੇ ਜਾਂ ਕਿਸੇ ਸਪੈਸ਼ਲ ਪਰੋਣਿਆਂ ਲਈ ਇਸ ਰੈਸਪੀ ਨੂੰ ਜ਼ਰੂਰ ਬਣਾ ਕੇ ਦੇਖਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਜੇ ਆਪ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਚਲੋ ਹੁਣ ਦੇਖਦੇ ਹਾਂ ਕਿ ਨਵਾਬੀ ਪਨੀਰ ਨੂੰ ਬਣਾਉਣ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਸ ਨੂੰ ਬਣਾਉਣ ਲਈ 10-15 ਬਦਾਮ 10-15 ਕਾਜੂ 2 ਚਮਚ ਖਸਖਸ ਸਭ ਤੋਂ ਪਹਿਲਾਂ ਬਰਾਮ ਕਾਜੂ ਤੇ ਖਸਖਸ ਨੂੰ ਅਸੀਂ ਗਰਮ ਪਾਣੀ ਵਿੱਚ ਅੱਧੇ ਘੰਟੇ ਲਈ ਪਿਗੋ ਕੇ ਰੱਖਾਂਗੇ ਮਸਾਲਾ ਬਣਾਉਣ ਲਈ ਅਦਰਕ ਦੇ 4-5 ਛੋਟੇ ਟੁਕੜੇ ਲਸਣ ਦੀਆਂ 5-6 ਤੁਰੀਆਂ ਇੱਕ ਛੋਟਾ ਪਿਆਜ਼ ਲੈ ਕੇ ਇਸ ਦੀ ਪਿਉਰੀ ਬਣਾਵਾਂਗੇ ਬਾਦਾਮ ਦੇ ਛਿਲਕੇ ਉਤਾਰ ਲਵਾਂਗੇ ਬਾਦਾਮ ਕਾਜੂ ਤੇ ਖਸਖਸ ਦੀ ਮਿਕਸੀ ਵਿੱਚ ਪਿਉਰੀ ਬਣਾਵਾਂਗੇ ਹੁਣ ਅਸੀਂ ਇੱਕ ਪੈਨ ਲਵਾਂਗੇ ਉਸ ਵਿੱਚ ਦੋ ਚਮਚ ਤੇਲ ਪਾ ਕੇ ਗਰਮ ਕਰਾਂਗੇ ਹੁਣ ਅਸੀਂ ਇਸ ਵਿੱਚ ਤਿੰਨ ਚਾਰ ਲੌਂਗ ਦੋ ਟੁਕੜੇ ਦਾਲਚੀਨੀ ਇੱਕ ਚਮਚ ਜੀਰਾ ਪਾਵਾਂਗੇ ਤੇ ਨਾਲ ਹੀ ਦੋ ਤੇਜ ਪੱਤਰ ਪਾ ਕੇ ਇਸ ਨੂੰ 10 ਸੈਕਿੰਡ ਲਈ ਮੀਡੀਅਮ ਸੇਕ ਤੇ ਪੁੰਨਾਂਗੇ ਹੋ ਨਾ ਇਸ ਵਿੱਚ ਲਸਣ ਅਦਰਕ ਤੇ ਪਿਆਜ਼ ਦੀ ਜੋ ਪੇਸਟ ਬਣਾਈ ਹੈ ਉਹ ਪਾਵਾਂਗੇ ਤੇ ਇਸ ਨੂੰ 3-4 ਮਿੰਟ ਲਈ ਮੀਡੀਅਮ ਸੇਕ ਤੇ ਭੁੰਨਾਂਗੇ ਇਸ ਨੂੰ ਸਿਰਫ ਹਲਕਾ ਪੂਰਾ ਹੋਣ ਤੱਕ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਅਸੀਂ ਬਹੁਤ ਜ਼ਿਆਦਾ ਪੂਰਾ ਨਹੀਂ ਕੀਤਾ ਇਸ ਨੂੰ ਹਲਕਾ ਪੂਰਾ ਹੋਣ ਤੱਕ ਭੁੰਨਿਆ ਹੈ ਹੋ ਨਾ ਇਸ ਵਿੱਚ ਕਾਜੂ ਬਦਾਮ ਤੇ ਖਸਖਸ ਦੀ ਜੋ ਪੇਸਟ ਬਣਾਈ ਹੈ ਉਹ ਪਾਵਾਂਗੇ ਇਸ ਨੂੰ 2 ਮਿੰਟ ਲਈ ਮੀਡੀਅਮ ਸੇਕ ਤੇ ਪੁੰਨਾਂਗੇ ਕਿ ਜਿਸ ਨਾਲ ਇਸ ਤੱਕ कच्चਾਪਨ ਚਲਾ ਜਾਵੇ ਇਸ ਨੂੰ ਬਹੁਤ ਜ਼ਿਆਦਾ ਨਹੀਂ ਪੁੰਨਣਾ ਮਸਾਲੇ ਨੂੰ ਅਸੀਂ ਪੁੰਨ ਲਿਆ ਹੈ ਹੁਣ ਅਸੀਂ ਇਸ ਵਿੱਚ 3 ਵੱਡੇ ਚਮਚ ਦੁੱਧ ਜਿਸ ਵਿੱਚ ਕੇਸਰ ਪਾਇਆ ਹੈ ਉਹ ਪਾਵਾਂਗੇ ਤੇ ਇਸ ਨੂੰ 1 ਮਿੰਟ ਲਈ ਦੁਬਾਰਾ ਤੋਂ ਪੁੰਨ ਲਵਾਂਗੇ ਹੁਣ ਅਸੀਂ ਇਸ ਵਿੱਚ ਪਾਵਾਂਗੇ ਇੱਕ ਚਮਚ ਨਮਕ ਸਵਾਦ ਅਨੁਸਾਰ ਅੱਧਾ ਚਮਚ ਕਾਲੀ ਮਿਰਚ ਪਾਊਡਰ ਮੈਂ ਇਸ ਵਿੱਚ ਹਰੀ ਮਿਰਚ ਕੱਟ ਕੇ ਨਹੀਂ ਪਾਈ ਆਪ ਚਾਹੋ ਤਾਂ ਆਪਣੇ ਸਵਾਦ ਅਨੁਸਾਰ ਹਰੀ ਮਿਰਚ ਕੱਟ ਕੇ ਪਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਮਸਾਲੇ ਨੂੰ ਅਸੀਂ ਬਹੁਤ ਜ਼ਿਆਦਾ ਪੂਰਾ ਨਹੀਂ ਕੀਤਾ ਹੁਣ ਅਸੀਂ ਮਸਾਲੇ ਵਿੱਚ ਇੱਕ ਕੱਪ ਦੁੱਧ ਪਾਵਾਂਗੇ ਗਰੇਵੀ ਵਿੱਚ ਪਾਣੀ ਬਿਲਕੁਲ ਨਹੀਂ ਪਾਇਆ ਇਸ ਦੀ ਗਰੇਵੀ ਨੂੰ ਦੁੱਧ ਪਾ ਕੇ ਬਣਾਵਾਂਗੇ ਦੁੱਧ ਪਾ ਕੇ ਬਣਾਉਣ ਨਾਲ ਇਸ ਦਾ ਸਵਾਦ ਆਮ ਪਨੀਰ ਦੀ ਗਰੇਵੀ ਨਾਲੋਂ ਅਲੱਗ ਹੈ ਸਿਰਫ ਕਾਲੀ ਮਿਰਚ ਤੇ ਨਮਕ ਪਾ ਕੇ ਹੀ ਇਸ ਦਾ ਸਵਾਦ ਵਧੀਆ ਆਂਦਾ ਹੈ ਇੱਥੇ ਹੁਣ ਅਸੀਂ 300 ਗ੍ਰਾਮ ਪਨੀਰ ਲਿਆ ਹੈ ਜਿਸ ਦੇ ਮੋٹے ਪੀਸ ਕੱਟੇ ਹਨ ਬਹੁਤ ਪਤਲੇ ਪੀਸ ਨਹੀਂ ਕਟਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੁਣ ਅਸੀਂ ਕੱਟੇ ਪਨੀਰ ਨੂੰ ਗਰੇਵੀ ਵਿੱਚ ਪਾਵਾਂਗੇ ਪਨੀਰ ਪਾਣ ਤੋਂ ਬਾਅਦ ਹੁਣ ਅਸੀਂ ਇਸ ਨੂੰ ਟੱਕ ਦਵਾਂਗੇ ਤੇ ਇਸ ਨੂੰ 10 ਮਿੰਟ ਲਈ ਘੱਟ ਸੇਕ ਤੇ ਪੱਕਣ ਦਵਾਂਗੇ ਇੱਕ ਚਮਚ ਇਹਦੇ ਵਿੱਚ ਕੇਵੜਾ ਪਾਵਾਂਗੇ ਉਸ ਨਾਲ ਸਵਾਦ ਹੋਰ ਵੀ ਵਧੀਆ ਹੋ ਜਾਏਗਾ 10 ਮਿੰਟ ਬਾਅਦ ਨਵਾਵੀ ਪਨੀਰ ਬਣ ਕੇ ਤਿਆਰ ਹੈ ਹੁਣ ਅਸੀਂ ਇਸ ਵਿੱਚ ਇੱਕ ਚਮਚ ਸੁੱਕੀ ਮੇਥੀ ਪਾਵਾਂਗੇ ਸਰਵ ਕਰਨ ਲਈ ਬਾਉਲ ਵਿੱਚ ਪਾਵਾਂਗੇ ਨਵਾਬੀ ਪਨੀਰ ਦਾ ਰੰਗ ਤੇ ਸਵਾਦ ਬਹੁਤ ਜ਼ਬਰਦਸਤ ਹੈ ਤੁਸੀਂ ਵੀ ਇਸ ਤਰੀਕੇ ਨਾਲ ਨਵਾਬੀ ਪਨੀਰ ਨੂੰ ਬਣਾ ਕੇ ਜ਼ਰੂਰ ਦੇਖਣਾ